ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਹੈ ਤਰਨ ਤਾਰਨ, ਤਹਿਸੀਲ ਵੀ ਤਰਨ ਤਾਰਨ ਅਤੇ ਜ਼ਿਲ੍ਹਾ ਵੀ ਤਰਨ ਤਾਰਨ। ਸ਼ਹਿਰ ਦੇ ਨਾਲ ਹੀ ਜਿਹੜਾ ਵੀਰ ਜੀ ਹੋਣਾ ਦਾ ਜਿਹੜਾ ਵਾ ਡੇਰਾ ਵਾ ਕੰਘ ਡੇਰੀ ਫਾਰਮ 'ਤੇ ਆਪਾਂ ਆਏ ਹਾਂ। ਅਤੇ ਵੀਰ ਜੀ ਹੋਣਾ ਕੋਲ ਅੱਗੇ ਵੀ ਤੁਹਾਨੂੰ ਕਾਫੀ ਵੀਡੀਓ ਦਿਖਾਈ ਦੀਆਂ ਅਤੇ ਚੰਗੇ ਰਿਕਾਰਡ ਵਾਲੀਆਂ ਮੱਝਾਂ ਵੀ ਤੁਹਾਨੂੰ ਹਰ ਵਾਰੀ ਦਿਖਾਈ ਦੀਆਂ ਵਾ, ਅਤੇ ਅੱਜ ਵੀ ਤੁਹਾਨੂੰ ਦੋ ਹੀ ਮੱਝਾਂ ਦਿਖਾਉਣੀਆਂ ਵਾ ਅਤੇ ਬਿਲਕੁਲ ਲਾਜਵਾਬ ਜਿਹੜੀਆਂ ਝੋਟੀਆਂ ਤੁਹਾਨੂੰ ਦੋਵੇਂ ਦਿਖਾਵਾਂਗੇ। ਇੱਕ ਸੂਈ ਆ ਅਤੇ ਇੱਕ ਗੱਬਣ ਆ, ਆਹ ਵਾਲੀ ਗੱਬਣ ਆ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਜੇ, ਅਤੇ ਉਹ ਵਾਲੀ ਸੂਈ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਹਾਂ ਠੀਕ ਠਾਕ ਜੀ, ਬਹੁਤ ਵਧੀਆ। ਕਿਵੇਂ ਚੱਲਣ ਦਿਆ ਕੰਮ ਕਾਰ ਫਿਰ? ਵੀ ਚੱਲੀ ਜਾਂਦਾ ਜੀ, ਵਾਹਿਗੁਰੂ ਦੀ ਕਿਰਪਾ ਨਾਲ। ਠੀਕ ਆ, ਅੱਜ ਦੋ ਹੀ ਆ ਫਿਰ? ਹਾਂਜੀ ਦੋ ਹੀ ਆ ਜੀ, ਪਰ ਦੋ ਹੀ ਅੱਜ ਫਿਰ? ਹਾਂਜੀ ਦੋ ਹੀ ਅੱਜ, ਬਹੁਤ ਧੁੰਮਾਂ ਪਾਉਣ ਵਾਲੀਆਂ ਜੀ। ਠੀਕ ਆ, ਚੰਗੇ ਚੰਗੇ ਰਿਕਾਰਡ ਵਾਲੀਆਂ ਵਾ ਕੇ? ਹਾਂਜੀ ਹਾਂਜੀ, ਚੰਗੇ ਰਿਕਾਰਡ ਵਾਲੀਆਂ ਕੇ। ਠੀਕ ਆ, ਬੋਲਾ ਹੀ 20 ਕਿਲੋ ਤੋਂ ਉੱਪਰ ਹੋਊ ਜੀ। ਅੱਛਾ, ਬੋਲਾ ਹੀ 20 ਕਿਲੋ ਤੋਂ? 20 ਕਿਲੋ ਤੋਂ ਉੱਪਰ ਹੋਊਗਾ ਜੀ। ਠੀਕ ਆ, ਹਾਂਜੀ। ਚਲੋ ਨਾਮ ਦੱਸ ਦਈਏ ਘਰੇ ਆਪਣਾ। ਬਲਰਾਜ ਸਿੰਘ ਨਾਮ ਜੀ। ਹਾਂਜੀ, ਪੁਲਿਸ ਕਲਾਈ ਕਲੋਨੀ ਦੇ ਲਾਗੇ। ਠੀਕ ਹੈ, ਪੁਲਿਸ ਲਾਈਨ ਦੇ ਲਾਗੇ ਹਨਾ, ਤੇ ਸ਼ਹਿਰ ਆਪਣਾ ਤਰਨਤਾਰਨ। ਤੇ ਫੋਨ ਨੰਬਰ ਬੋਲਦੀ ਹੈ ਇੱਕ ਨੀ? 8360-32-63। ਠੀਕ ਆ, ਉਦਣ ਵਾਲਾ ਵੇਖਿਆ ਸੀ ਮਾਲ ਫਿਰ? ਹਾਂਜੀ ਉਹ ਵੇਖਿਆ ਜੀ। ਠੀਕ ਹੈ, ਡਿਮਾਂਡ ਹੈਗੀ ਕਿ ਵੱਡੀਆਂ ਮੱਝਾਂ ਦੀ? ਵੱਡੀਆਂ ਦੀ ਜ਼ਿਆਦਾ ਡਿਮਾਂਡ ਹੈ ਜੀ। ਠੀਕ, ਕਿੰਨੇ ਕ ਹੁੰਦੇ ਫੋਨ ਫਾਨ ਵੱਡੀਆਂ ਮੱਝਾਂ? ਹੁੰਦੇ ਆ ਹੀ ਜਾਂਦੇ ਆ ਜੀ। ਠੀਕ ਆ, ਆਹ ਖਲੋਤੇ ਜਨ ਕਾਰੋਂ ਮਾਰਦੇ ਵੀਰ ਜੀ। ਠੀਕ ਹੈ, ਇਹ ਵੀ ਪਸ਼ੂ ਹੀ ਵੇਖਣ ਆਏ ਹੈ ਵੀ ਜਿਹੜੇ ਵੀਰ ਜੀ ਨੇ ਸਾਰੇ। ਸਤਿ ਸ਼੍ਰੀ ਅਕਾਲ। ਹੋਰ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਅਜੇ ਸੌਦਾ ਹੋਇਆ ਕੋਈ ਕਿ ਨਹੀਂ? ਬਸ ਮੈਂ ਹੀ ਹੁਣ ਆਇਆ ਜਿਹਦੇ। ਅਸੀਂ ਵੀ ਡੇਕਣ ਹੀ ਆਇਆ, ਅਸੀਂ ਵੀ ਦਈ ਤੁਹਾਨੂੰ ਡੇਕਣ, ਤੇ ਭਾਈ ਹੁਣੀ ਵੀ ਦਈ ਤੁਹਾਨੂੰ ਡੇਕਣ। ਲੇਟ ਹੋ ਗਿਆ ਗਿਆ ਕਿਤੇ ਤੇ। ਠੀਕ ਠੀਕ ਆ, ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆਹ ਵਾਲੀ ਝੋਟੀ ਤੋਂ ਹੀ ਆਪਾਂ ਕਰਨੀ ਆ। ਸੂਈ ਸਵਾਈ ਆ, ਅਜੇ ਕਿਸੇ ਦਾ ਸੌਦਾ ਨਹੀਂ ਹੋਇਆ, ਅਜੇ ਦੋਵੇਂ ਵਿਕਣ ਵਾਲੀਆਂ। ਅਜੇ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ? ਇਹਨੂੰ ਅਜੇ ਮਤਲਬ ਹਫਤੇ ਤੋਂ ਅੰਦਰ ਹੀ ਸੂਈ ਆ? ਹਾਂਜੀ ਹਫਤੇ ਤੋਂ ਅੰਦਰ ਹੈ ਜੀ। ਕਿੰਨਾ ਦੁੱਧ ਤਿਆਰ ਕਰ ਗਈ ਜੀ? ਦੁੱਧ 21 ਕਿਲੋ ਤਿਆਰ ਕਰ ਗਈ ਜੀ। ਤਿਆਰ ਮੌਕੇ ਤੇ ਬਿਲਕੁਲ ਕੋਈ 2 ਟਾਈਮ 28 ਪਲੱਸ ਕਰੇਗੀ? ਅੱਛਾ, ਹਾਂਜੀ 28 ਪਲੱਸ ਜਿਹੜਾ ਦੁੱਧ ਕਰ ਦੇ। ਸਟਾਰਟਿੰਗ ਹੀ ਕੀਤੀ ਨਾ 18 ਕਿਲੋ ਤੋਂ, ਤੇ ਖਾਲੀ ਘਰ ਤੋਂ ਬੋੜਾ ਹੀ 18 ਤੋਂ ਕੀਤਾ ਸਟਾਰਟ। ਅੱਛਾ, ਹਾਂਜੀ ਠੀਕ ਆ। ਇਹ ਕਿੱਥੋਂ ਲੱਭ ਕੇ ਲਿਆਉਂਦੇ ਜੀ ਇਹੋ ਜਿਹੀ ਮੱਝਾਂ? ਇਦਾਂ ਵਾਹਿਗੁਰੂ ਦੇਣ ਵਾਲਾ ਜੀ ਕਿਤੇ ਕਿਤੇ। ਅੱਛਾ, ਸੋਭਾ ਥੋੜੀ ਹੋਵੇ ਵਾਹਿਗੁਰੂ ਨੇ ਤੇ। ਠੀਕ ਆ, ਕਹਿੰਦੇ ਕਹਿੰਦੇ ਵੀ ਇਹਨਾਂ ਬੋਲਾ ਨਹੀਂ ਹੋ ਸਕਦਾ। ਹਾਂਜੀ ਹਾਂਜੀ। ਅਜੇ ਇੱਕ ਹੋਰ ਸੋਹਣੀ ਮੇਰੇ ਘਰ ਦੀ ਮੱਝ ਆ, ਇੱਕ ਆਹ ਗੱਭਣ ਆ। ਹਾਂਜੀ ਹਾਂਜੀ, ਉਹ ਵੀ ਸਾਡੀ 20 ਕਿਲੋ ਤੋਂ ਸਟਾਰਟ ਕਰਦੀ ਆ। ਠੀਕ ਆ, ਹਾਂਜੀ ਠੀਕ ਆ। ਤੇ ਇਹ ਤੇ ਸਟਾਰਟ ਹੀ ਕਰਨ ਦੀਆਂ ਵਾ ਜਿੱਥੇ ਕਈ ਵਾਰੀ ਸਟਾਰਟ ਹੀ ਕਰਨ ਨੇ ਕਈ ਵਾਰੀ ਕਈ ਕਹਿੰਦੇ ਕਿ ਕਿਤੇ ਨਹੀਂ। ਹਾਂਜੀ ਹਾਂਜੀ, ਤਾਂ ਤੁਹਾਨੂੰ ਚੰਗਾ ਮਿਲ ਗਿਆ ਤੇ ਕਿਰਪਾ ਕਰੇ। ਠੀਕ ਆ, ਬਾਕੀ ਇਹ ਆ ਕਿ ਚਲੋ ਜਿੱਥੋਂ ਆਈਆਂ ਉਹਨਾਂ ਵੀ ਵੀਰਾਂ ਨੇ ਚੰਗੀਆਂ ਸਾਂਭੀਆਂ ਵਾ, ਕੰਮ ਕੀਤਾ ਵਾ, ਚੰਗਾ ਮਿਹਨਤ ਕੀਤੀ ਪੂਰੀ। ਆ ਕਿੱਦਾਂ ਸਾਂਭੀ? ਹਾਂਜੀ ਪੂਰੀ ਸਾਂਭੀ ਆ ਜਿਹੜੀ। ਬਾਕੀ ਜਿਹੜੀਆਂ ਜਿਆਦਾ ਮੱਝ ਵਧੀਆ ਜੀ, ਜਿਹੜੀਆਂ ਤੁਹਾਡੇ ਕੋਲ ਘਰੇ ਵੀ ਮੱਝਾਂ ਉਹ ਵੀ ਸਾਰੀਆਂ 20 ਪਲੱਸ ਵਾਲੀਆਂ ਹੀ ਆ ਹਨਾ? 20 ਪਲੱਸ ਵਾਲੀਆਂ ਜੀ। 20 ਲੀਟਰ ਤੋਂ ਥੱਲੇ ਕੋਈ ਮੱਝ ਨਹੀਂ ਹੈਗੀ? ਹਾਂਜੀ ਠੀਕ ਆ। ਤੇ ਇਹਦੇ ਕੋਲ ਵੀ ਹੁਣ ਮੌਕੇ ਤੇ 21 ਲੀਟਰ ਜਿਹੜਾ ਬਿਲਕੁਲ ਤਿਆਰ ਆ? ਹਾਂਜੀ ਤਿਆਰ ਆ ਜੀ। ਤੇ 28 ਤੱਕ ਜਿਹੜਾ ਚੱਲ ਜੂਗੀ? ਹਾਂ 28 ਤੋਂ ਵੱਧ ਵੀ ਜਾ ਸਕਦੀ, ਪਲੱਸ ਆ 28। ਇਹ ਆ ਕਿ ਜੇ ਕਿਸੇ ਨੇ 28 ਚੋਣਾ ਵਿੱਚ ਵਾਹ ਵੀ ਦੋਗੇ ਮੌਕੇ ਤੇ? ਹਾਂ ਮਤਲਬ ਉਹਦਾ ਰੇਟ ਉਹਦੇ ਨਾਲ ਹੋਊਗਾ। ਅੱਛਾ, ਉਹ ਤਾਂ ਵਾਹੀ ਅੱਜ ਰੇਟ ਵਿੱਚ ਕਹਿ ਦੇਣਾ ਨਾ ਵੀਡੀਓ 'ਚ। ਅੱਛਾ, ਜਾਂ ਤਾਂ ਕਵਾਂ ਨਾ ਤੇ ਫਿਰ ਉਦੋਂ ਦਾ ਮੰਗਲਾ। ਅੱਛਾ, ਪਰ ਕਹਿ ਦੇਣਾ ਮੈਂ ਦੱਸ ਦੇਣਾ ਦਾ ਰੇਟ ਵੀ। ਅੱਛਾ ਹਾਂਜੀ ਠੀਕ ਆ, ਚਲੋ ਫਿਰ ਤੋਰੀਆਂ ਹੈ ਕਰੀ ਨਾ। ਬਾਕੀ ਪੂਰੇ ਕਮਾਲ ਦੀ ਝੋਟੀ ਆ, ਕੱਦ ਕਾਠ ਵੀ ਚੰਗਾ ਵਾ, ਦੁੱਧ ਮੌਕੇ ਤੇ 21 ਲੀਟਰ ਜਿਹੜਾ ਤਿਆਰ ਆ, ਸਾਰੀਆਂ ਚੀਜ਼ਾਂ ਚ ਪੂਰੀਆਂ। ਇਹ ਬਣਨਾ ਤੇ
ਠੀਕ ਹੈ, ਇਹਨਾਂ ਨੂੰ ਪੂਰੀ ਬਣਨਾ ਹੈ ਨੇ, ਬਾਕੀ ਇਹ ਹੈ ਕਿ ਇਹਨਾਂ ਦਾ ਮਤਲਬ ਇਹ ਥੋੜਾ ਰਹਿਣਾ ਤੇ ਮੇਰੇ ਹਿਸਾਬ ਨਾਲ ਬਹੁਤ ਇੱਥੇ ਆ ਜਾਣਾ ਚਾਹੀਦਾ, ਦੇਖ ਸਕਦੇ ਹਵਾਨਾ ਇਹਦਾ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ, ਬਹੁਤ ਵਧੀਆ ਜਵਾਬ, ਕੋਈ ਭੂਰ ਨਹੀਂ ਛੱਟਾ ਨਹੀਂ, ਠੀਕ ਹੈ ਹਾਂਜੀ, ਬਾਕੀ ਇਹ ਹੈ ਕਿ ਇਹਦੇ 'ਚ ਆਪਾਂ ਕਹਿ ਸਕਦੇ ਕਿ ਐਂਡ ਆ ਬਿਲਕੁਲ, ਹਾਂਜੀ ਬਿਲਕੁਲ ਐਂਡ ਆ ਕਿ ਜੈਡ ਬਲੈਕ ਹੈ ਬਿਲਕੁਲ ਹੀ, ਠੀਕ ਹੈ ਹਾਂਜੀ, ਕਿਸੇ ਤੋਂ ਗਾਂ ਵੀ ਚੀਜ਼ਾਂ ਹੁੰਦੀਆਂ ਕੋਈ, ਹਾਂਜੀ ਹਾਂਜੀ ਹੁੰਦੀਆਂ, ਨਹੀਂ ਇਹ ਤੋਂ ਗਾਂ ਕੀ ਹੋਣਾ ਜੀ, ਠੀਕ ਹੈ ਨਾ ਹੀ ਇਹ ਤੋਂ ਗਾਂ, ਠੀਕ ਹੈ ਹਾਂ, ਇਹ ਤੋਂ ਕਿਤੇ ਪੀਸ ਇਹ ਕੇ ਵਾਹਿਗੁਰੂ ਦੇ ਪਰ ਮੇਰੇ ਵਿਸਾਖੀ ਦੇ ਜਾਣਾ ਨਹੀਂ ਤੇ ਵਿਸਾਖੀ ਆਦੇ ਰੱਖਣਾ, ਠੀਕ ਹੈ ਹਾਂ ਹਾਂ, ਦੇਖ ਸਕਦੇ ਜੀ ਪੂਰੀਆਂ ਕਮਾਲ ਦੀਆਂ ਝੋਟੀਆਂ ਹੁੰਦੀਆਂ ਵੀਰ ਜੀ ਉਹਨਾਂ ਦੇ ਕੋਲ, ਪੂਰੀ ਰਾਜੀ ਆ, ਚੰਗੇ ਕੱਦ ਕਾਠ ਵਾਲੀ ਆ, ਕਿਸੇ ਪਾਸੋਂ ਵੀ ਕੋਈ ਆਪਾਂ ਉਂਗਲ ਨਹੀਂ ਕਰ ਸਕਦੇ ਵੀ ਜਾਂ ਇਸ ਤਰ੍ਹਾਂ ਵਾ ਜਾਂ ਇਸ ਤਰ੍ਹਾਂ ਵਾ, ਇੱਕ ਵਾਰੀ ਥੋੜ੍ਹੀ ਸਿੱਧੀ ਉੱਧਰ ਨੂੰ ਵੀ ਤੋਰ ਦਿਓ ਲੰਮੀ, ਲੈ ਜਾਓ ਜੀ, ਬਾਕੀ ਪੂਰੇ ਪਿੱਠ ਪੁੜੇ ਦੀ ਚੰਗੀ ਆ, ਬਾਕੀ ਕੋਈ ਵੀਰ ਆਪਣਾ ਦੋ ਟਾਈਮ ਚਵਾਈ ਕਰਕੇ ਖੜੇ, ਸੂਈ ਸਵਾਈ ਆ, ਕਿਹੜੀ ਕੀ ਗੱਬਣ ਆ, ਦੁੱਧ 1 ਲੀਟਰ ਜਿਹੜਾ ਅੱਜ ਸਟਾਰਟਿੰਗ ਹੀ ਆ ਜਿਹੜੀ ਅਜੇ ਤਾਜ਼ਾ ਬੱਚਾ ਹੈ ਜਿਹੜਾ ਇਹਦਾ ਅਜੇ, ਆ ਦੇਖ ਸਕਦੇ ਜੀ ਕਿੱਡਾ ਵੀ ਬਿੰਦੀਆਂ ਵਾਲਾ 1000 ਰੁਪਏ ਜੀ, ਠੀਕ ਆ ਹਾਂ ਆ ਵੇਖ ਲਓ ਕਿੱਡਾ ਵੀ ਬਿੰਦੀਆਂ ਵਾਲਾ ਇਹਦਾ, ਠੀਕ ਆ ਸਾਰੇ ਗੋਣੀ ਹੈਗੇ, ਖਾਨਵੀ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਤੇ ਹਵਾਨੇ ਤੇ ਨਾੜਾਂ ਵੀ ਜਿਹੜੀਆਂ ਚੰਗੀਆਂ ਵਾ, ਚੰਗੀਆਂ ਜੀ ਬਿਲਕੁਲ ਹੀ ਵਾਹੀ, ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ, ਇਹਨਾਂ ਦੇ ਲੈ ਜੀ 2,20,000 ਆ ਹੁਣ ਦਾ ਰੇਟ ਜੀ, ਅੱਛਾ ਹੁਣ ਦਾ ਰੇਟ, 20 ਲੀਟਰ ਚਵਾ ਲੈਣਾ ਨਾੜੂ ਤੇ ਬੱਚਾ, ਅੱਛਾ ਹਾਂਜੀ 2,20,000, ਹਾਂਜੀ 2,20,000 ਤੇ ਦੁੱਧ ਜੇ ਕਿਸੇ ਨੇ 28 ਲੀਟਰ ਵੀ ਚੋਣਾ ਹੋਵੇ ਫਿਰ ਤਾਂ ਮਤਲਬ ਥੋੜਾ ਬਹੁਤਾ ਤਾਂ ਟੱਪੇਗੀ ਸਾਂਬ ਥੋੜਾ, ਹਾਂਜੀ ਤੇ ਦੇਣਾ ਆ ਜਿਹੜੀ ਨਾੜੂ ਦੇ ਬੱਚੇ ਤੇ 21 ਕਿਲੋ ਤੇ ਆ, ਉਹ ਸਭ ਨੂੰ ਪਤਾ ਜੀ ਇਹਨੇ 5-6 ਕਿਲੋ ਵਧਣਾ, ਠੀਕ ਆ ਜਿਹਨੇ ਸਟਾਰਿੰਗ 18 ਕਿਲੋ ਤੋਂ ਕੀਤੀ ਆ, ਠੀਕ ਆ, ਬਾਕੀ ਜਿਹੜੇ ਵੀਰਾਂ ਨੂੰ ਪਰਖਿਆ ਉਹਨਾਂ ਨੂੰ ਪਤਾ, ਉਹਨਾਂ ਨੂੰ ਪਤਾ ਹੀ ਆ, ਹੁਣ ਦੂਜੇ ਮਾੜੇ ਮੋਟੇ ਨੂੰ ਪਤਾ ਨਹੀਂ, ਤੇ ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹਨਾਂ ਨੇ ਤੇ ਇਸ ਤਰ੍ਹਾਂ ਵੀ ਇਹ ਗੱਲਾਂ ਕਰੀ ਜਾਣੀਆਂ, ਹਾਂਜੀ ਹਾਂਜੀ, ਠੀਕ ਆ, ਤੇ ਹੁਣ ਆ ਗਈ ਜਿਹੜੇ ਆਪਣੇ ਕੋਲ ਦੂਸਰੇ ਨੰਬਰ, ਅੱਜ ਇਹ ਆ ਕਿ ਬਿਲਕੁਲ ਐਂਡ ਚੀਜ਼ਾਂ ਲੈ ਆਉਂਦੀਆਂ ਕਿ ਜਿੱਥੋਂ ਗਾਂ ਹੁਣ ਪੂਰਾ ਅੰਤ ਹੀ ਆ ਜਾਂਦਾ, ਹਾਂ ਦੇਖ ਸਕਦੇ ਜੇ ਜੇ ਆਪਾਂ ਜਿੱਥੇ ਤੱਕ ਕਈ ਵਾਰੀ ਕਹਿ ਦਿੰਦੇ ਕਿ ਐਚ ਐਫ ਗਾਵਾਂ ਵਾਂਗੂ ਤਿਆਰ ਹੋਈ ਆ, ਤੇ ਇਹ ਐਚ ਐਫ ਗਾਵਾਂ ਨਾਲ ਵੱਧ ਤਿਆਰ ਹੋਈ ਜੀ, ਹਰਪ੍ਰੀਤ ਜੀ ਹਾਂਜੀ, ਆਹ ਥਾਣ ਸਭ ਤੋਂ ਨੰਬਰ 1 ਥਾਣ ਹੁੰਦਾ, ਠੀਕ ਆ ਹਾਂ, ਇਹ ਤਾਂ ਥਾਣ ਉੱਪਰ ਕੋਈ ਨਹੀਂ ਹੁੰਦਾ, ਠੀਕ ਹੈ ਜੀ, ਇਹ ਪੁੜਿਆਂ ਤੋਂ ਆਪਾਂ ਦੇਖ ਸਕਦੇ ਹਾਂ ਕੋਈ ਗੱਲ ਨਹੀਂ, ਬਸ ਹੁੰਦੀ ਪਈ ਪਈ ਆ ਜੀ, ਤੇ ਪੂਰੀ ਫਸੀ ਆ ਜਿਹੜੀ ਥੱਲੇ, ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ, ਇਹ ਵੀ ਮੇਰੇ ਹਿਸਾਬ ਨਾਲ 24 ਪਲੱਸ ਚਵਾਊਗੀ, ਅੱਛਾ ਵੱਧ ਹੋ ਸਕਦਾ ਘੱਟ ਨਹੀਂ ਹੋ ਸਕਦਾ 24 ਨੂੰ, ਠੀਕ ਆ ਹਾਂਜੀ, ਤੋਰੀਆਂ ਫਿਰ ਇੱਕ ਵਾਰੀ ਇਹਨਾਂ, ਇਹਦਾ ਇੱਕ ਪਾਸੇ ਦਾ ਸਿੰਗ ਦਾ ਖੋਖ ਜ਼ਰੂਰ ਲੱਥਾ ਹੈ, ਹਾਂਜੀ ਉਹ ਵਿਖਾ ਦਿਓ, ਪਰ ਸਾਂਭੀ ਕਿਸੇ ਵੀਰ ਨੇ ਚੰਗੀ ਰੀਝ ਨਾਲ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਲਾਗੇ ਤੋਂ, ਚੰਗਾ ਕਮਾਲ ਦਾ ਥਾਣ ਹੈ ਜਿਹੜਾ ਇਹਦੇ ਕੋਲ, ਹੌਲੀ ਹੌਲੀ ਤੋਰਿਓ ਵੀਰ ਜੀ ਇੱਕ ਵਾਰੀ ਇਹਨੂੰ, ਬੜਾ ਛੋਟਾ ਜਿਹਾ ਫੇਸ ਹੈ ਇਹਦਾ, ਪੂਰੀ ਭਾਰੀ ਮੱਝ ਆ, ਜਿਹੜਾ ਕੋਈ ਵੀਰ ਸਾਂਭ ਸਕਦਾ ਹੈ ਉਹੀ ਖੜੇ, ਹਾਂ ਦੇਖ ਸਕਦੇ ਜੀ ਪੂਰੀ ਕਮਾਲ ਦੀ ਚੀਜ਼ ਆ ਜਿਹੜੀ, ਕਿਤੇ ਕਿਤੇ ਹੀ ਲੱਭਦੀਆਂ ਇਹੋ ਜਿਹੀਆਂ ਮੱਝਾਂ ਕਿਤੇ ਕਿਤੇ ਬਿਲਕੁਲ, ਬਾਕੀ ਮੰਡੀ ਵੀ ਹੁਣ ਲੱਗਣੀ ਆ, ਮੰਡੀ 'ਚ ਵੀ ਦੇਖ ਆਪਾਂ ਨੂੰ ਇਹੋ ਜਿਹੀਆਂ ਮੱਝਾਂ ਜਿਹੜੀਆਂ ਨਹੀਂ ਦੇਖਣ ਨੂੰ ਮਿਲਣੀਆਂ, ਜਿਹੋ ਜਿਹੀਆਂ ਮੱਝਾਂ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਬਿਲਕੁਲ ਸ਼ਾਂਤ ਠੰਡੀਆਂ ਧੀਰੀਆਂ ਜਿਹੜੀਆਂ, ਲੈ ਜਾਓ ਇੱਕ ਵਾਰੀ, ਹਾਂ ਦੇਖ ਸਕਦੇ ਜੀ
ਇੱਦਾਂ ਨਾ ਤੋਰ ਦਿਓ ਇੱਕ ਵਾਰੀ ਵੀਰ ਜੀ ਫਿਰ ਤਾਂ। ਬਾਕੀ ਕੱਦ ਇਹਦਾ ਭਾਵੇਂ ਬਹੁਤਾ ਉੱਚਾ ਨਹੀਂ ਆ ਪਰ ਜਿਹੜੀ ਆ ਕਮਾਲ ਹੀ ਜਿਹੜੀ ਕਰਤੀ ਇਹਨੇ। ਲੈ ਜਾਓ ਵੀਰ ਜੀ ਬੰਦ ਹੋ ਜੀ। ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ, ਗਾਹਣ ਵੀ ਚੰਗੀ ਤਿਆਰ ਹੋਈ ਆ ਅਤੇ ਪਛਾਣ ਵੀ ਚੰਗੀ ਤਿਆਰ ਹੋਈ ਆ। ਗੱਭਣ ਆ ਜਿਹੜੀ ਦੇਖ ਸਕਦੇ ਜੀ। ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ, ਜਿਹਨੇ ਨਹੀਂ ਵੀ ਮੱਝਾਂ ਲੈਣੀਆਂ ਉਹ ਵੀ ਆਣ ਕੇ ਇੱਥੇ ਵੇਖੇ, ਪਸ਼ੂ ਵੇਖ ਕੇ ਹੀ ਮਨ ਖੁਸ਼ ਹੋ ਜਾਂਦਾ ਵਾ। ਜਿਹੋ ਜਿਹੇ ਪਸ਼ੂ ਜਿਹੜੇ ਬੀਜੋ ਨਾ ਕੋਲ ਹੁੰਦੇ ਆ, ਘਰ ਦੇ ਪਸ਼ੂ ਵੀ ਬੀਜੋ ਨਾ ਕੋਲ ਸਾਰੇ ਸੋਹਣੇ ਆ ਜਿਹੜੇ, ਇਹਦਾ ਵੀ ਮੁੱਲ ਹੁਣ ਪੁੱਛ ਲੈਂਦੇ ਆ। ਅਤੇ ਇਹਦਾ ਕਰਮਾਲੀ ਦਾ ਕੀ ਮੁੱਲ ਰੱਖਣਾ ਜੀ ਫਿਰ? ਇਹਦਾ ਹਲਦੀ ਦੇ 1,80,000 ਆ। 1,80,000 ਆ, ਬਾਕੀ ਵਿੱਚ ਮਾਨਤਾ ਨਾ ਹੋ ਜੂ ਮੌਕੇ ਤੇ। ਹਾਂਜੀ ਉਹ ਥੋੜਾ ਬਹੁਤਾ ਹੁਣ ਚੰਗੀ ਡਿਜ਼ਾਈਨ ਆ ਬਹੁਤਾ ਕਿਹੜੀ ਆ। ਠੀਕ ਆ, ਬਾਕੀ ਚਲੋ ਚੀਜ਼ ਚੀਜ਼ ਦਾ ਹੀ ਮੁੱਲ ਪੈਣਾ ਵਾ। ਚੀਜ਼ ਚੀਜ਼ ਚੀਜ਼ਾਂ ਦੋਵੇਂ ਬੜੀਆਂ ਕਮਾਲ ਦੀਆਂ ਹਰਬੀ ਜੀ, ਘੱਟ ਲੱਗਦੀਆਂ ਬਣਾਈਆਂ ਵਾ। ਹਾਂਜੀ ਹਾਂਜੀ, ਮੇਰੇ ਕੋਲ ਵੀ ਇਹ ਜਿਹੜੇ ਪਹਿਲੀ ਵਾਰੀ ਆਏ, ਜਦੋਂ ਵੀ ਆਈਦਾ ਵਾ ਹਰ ਵਾਰੀ ਕੋਈ ਨਾ ਕੋਈ ਅਪਗ੍ਰੇਡ ਹੀ ਵਰਜਨ ਕੀਤਾ ਹੁੰਦਾ ਤਾਂ ਹੁੰਦਾ ਵਾ। 21-22 ਕਿਲੋ ਕੇ ਮਾਈ ਤੇ ਸਾਰੀਆਂ ਥੱਲੇ, ਪਰ ਇਹ ਚੀਜ਼ਾਂ ਨਹੀਂ ਹੁੰਦੀਆਂ, ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਲੱਗੀਆਂ ਚੀਜ਼ਾਂ ਨਹੀਂ ਹੁੰਦੀਆਂ। ਇਹ ਮੱਝਾਂ 'ਚ ਘੱਟ ਲੱਭਦੇ ਇਹੋ ਜਿਹੇ ਹਰਾਨੇ ਵੀ ਥੋੜ੍ਹੇ ਲੱਭਦੇ ਆ ਜੀ। ਠੀਕ ਆ, ਤੇ ਠੀਕ ਹੈ ਹੋਰ ਕੁਛ ਕਹਿਣਾ ਫਿਰ? ਬਸ ਜੀ ਠੀਕ ਹੈ। ਬਾਕੀ ਇਹ ਆ ਕਿ ਇੱਕ ਸੂਈ ਆ ਇੱਕ ਗੱਭਣ ਆ, ਹਾਂਜੀ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੇ ਕੋਈ, ਹੈ ਨਾ ਆਪਣੀ ਤਸੱਲੀ ਕਰਕੇ। ਹਾਂਜੀ ਹਾਂ ਦੇਖ ਸਕਦੇ ਜੀ, ਆਹ ਗੱਭਣ ਜਿਹੜੀ ਆਪਣੀ ਪਾਸ ਕਰਕੇ ਖੜੋ, ਅਤੇ ਜਿਹੜੀ ਸੂਈ ਆ ਉਹਦੀ ਵੀ ਆਪਣੀ ਤਸੱਲੀ ਕਰਕੇ ਖੜੋ ਜੀ।